ਕੈਸੇਟ ਰੱਖੀ ਮੇਰਾ ਵੀਰ, ਬਹੁਤ ਪਿਆਰੀ ਸਾਊਂਡ ਹੈ। ਮੂਵ ਸਪਰੇ ਪਹੁੰਚਦੀ ਕਰੋ ਜੀ, ਮੂਵ ਸਪਰੇ ਨਾਲ ਹੀ। ਪ੍ਰਬੰਧਕ ਵੀਰੋ ਮੇਰੀ ਬੇਨਤੀ ਹੈ ਖਿਡਾਰੀ ਵੀਰਾਂ ਵੱਲੋਂ, ਉਹ ਕਹਿੰਦੇ ਵੀ ਇੱਕ ਵਾਰੀ ਅਗਲੇ ਮੈਚ ਜਦ ਹੋਣਗੇ ਸੁਹਾਗਾ ਜ਼ਰੂਰ ਮਰਾ ਦਿਓ, ਕਿਉਂਕਿ ਜਿਹੜੇ ਗਰਾਊਂਡ ਗਿੱਲੀ ਕਰਕੇ ਜਿਹੜੇ ਟੋਏ ਜੇ ਬਣੇ ਹੋਏ ਨੇ ਇਹ ਮਿੱਟ ਜਾਣਗੇ। ਇਹ ਬੇਨਤੀ ਹੈ ਸਾਡੇ ਹੈਪੀ ਵੀਰ ਨੂੰ, ਹੈਪੀ ਵੀਰ ਸੁਹਾਗਾ, ਉਹ ਕਹਿੰਦੇ ਵੀ ਅਗਲੀ ਵਾਰੀ ਇਹ ਜ਼ਰੂਰ ਮਰਵਾ ਦਿਓ। ਨਾਲ ਜੀ ਉੱਧਰ ਕਹਿੰਦੇ ਨੇ ਵੀ ਹਰਜੀਤ ਤਲਵਾਰ ਕਲੱਬ ਜਗੜਾਓ, ਬਹੁਤ ਹੀ ਪਿਆਰੀ ਟੀਮ ਹੈ ਮੇਰੇ ਵੀਰੋ। ਚੇਚੇ ਤੌਰ ਤੇ ਪਹੁੰਚ ਗਏ ਨੇ ਖਿਡਾਰੀ ਆਹ ਦੋਨਾਂ ਟੀਮਾਂ ਦੇ ਵਿੱਚ, ਇੱਕ ਜੱਦੋਜਹਿਦ ਮੇਰੇ ਵੀਰੋ ਜਿਹੜੀ ਕੀਤੀ ਜਾਣੀ ਹੈ। ਆਹ ਮੁਕਾਬਲਾ ਬੜਾ ਸੋਹਣਾ ਹੋਵੇਗਾ ਦੋਨਾਂ ਟੀਮਾਂ ਦੇ ਦਰਮਿਆਨ। ਮੈਂ ਪਹਿਲੀ ਵਧਾਈ ਸਰਦਾਰ ਮੱਖਣ ਸਿੰਘ ਦੀ ਚਿੜਕ ਸਾਹਿਬ ਨੂੰ ਦਿੰਦਾ ਹੈ, ਔਰ ਜਿਨ੍ਹਾਂ ਦੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਵਿੱਚ ਇਹ ਖਿਡਾਰੀ ਨੇ ਮੇਰੇ ਵੀਰੋ ਜਿਹੜੇ ਖੇਡਦੇ, ਔਰ ਇਹ ਮੇਰੇ ਵੀਰੋ ਰੋਜ਼ਾਨਾ ਜਿਹੜੇ ਕੱਪ ਚੱਲਦੇ ਨੇ, ਖਿਡਾਰੀ ਜਿਹੜੇ ਥਕਾਵਟ ਵੀ ਮੰਨ ਜਾਂਦੇ ਨੇ, ਇੱਕ ਅੱਧੇ ਦਿਨ ਦੀ ਰੈਸਟ ਵੀ ਦੇਣੀ ਪੈਂਦੀ ਹੈ। ਔਰ ਮੂਵ ਸਪਰੇ ਜਿਹੜੀ ਪਹੁੰਚਦੀ ਕੀਤੀ ਜਾਵੇ, ਪ੍ਰਬੰਧਕ ਵੀਰ ਧਿਆਨ ਦੇਣ। ਹੈਪੀ ਵੀਰ ਸੁਹਾਗਾ ਉਹ ਕਹਿੰਦੇ ਜੇ ਹੁਣੇ ਮਾਰਦੇ ਤਾਂ ਬਾਹਲੀ ਚੰਗੀ ਗੱਲ ਹੈ, ਇਹ ਪਲੇਅਰਾਂ ਦੀ ਮੰਗ ਹੈ। ਔਰ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਣਾ ਟਰੈਕਟਰ ਦੇ ਮਗਰ, ਮੇਰੇ ਖਿਆਲ 'ਚ ਲਿਫਟ ਵਾਲਾ ਸੁਹਾਗਾ ਹੈ, ਦੋ ਗੇੜੇ ਨਿਕਲਣੇ ਹੈ, ਇਹ ਜ਼ਰੂਰੀ ਬੇਨਤੀ ਹੈ। ਸੋਹਣੇ ਮੁਕਾਬਲੇ ਆ ਜਿਹਨਾਂ ਗਰਾਊਂਡਾਂ ਦੇ ਵਿੱਚ ਹੋਣੇ ਨੇ। ਸਾਨਾ ਵਾਲੇ ਭੇੜਾਂ ਵਿੱਚ ਤਾਕਤ ਹੈ ਦੇ ਗੁੱਝੀਆਂ, ਇਹ ਗੁੱਝੀਆਂ ਤਾਕਤਾਂ ਨੇ। ਔਰ ਗੁੱਝੇ ਮੈਚ ਮੇਰੇ ਵੀਰੋ, ਔਰ ਇਹ ਮੁਕਾਬਲਾ ਸਾਡੇ ਜਿੰਨੇ ਵੀ ਦਰਸ਼ਕ ਵੀਰ ਤੱਕਣ ਆਏ ਨੇ ਸਾਰਿਆਂ ਨੂੰ ਅਸੀਂ ਇੱਥੇ ਪਹੁੰਚਣ 'ਤੇ ਜੀਆਂ ਆਖਦੇ ਹਾਂ, ਵੈਲਕਮ ਆਖਦੇ ਹਾਂ, ਸਲਾਮੇ ਮੁਹੱਬਤ ਆਖਦੇ ਹਾਂ। ਸਾਡੇ ਵੱਡੇ ਵੀਰ ਜਗਤਾਰ ਧਨੌਲਾ ਜੀ, ਉਹਨਾਂ ਨੂੰ ਵੀ ਮੁਬਾਰਕਬਾਦ ਹੈ। ਲਓ ਜੀ ਉੱਧਰ ਜਿੰਨੇ ਵੀ ਕੁਝ ਸਾਹਿਬਾਨ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆ। ਔਰ ਮੈਂ ਦੱਸ ਦੇਵਾਂ ਵੀ ਅੱਜ ਇਹ ਖੇਡ ਮੇਲਾ ਕਬੱਡੀ 365.com ਦੇ ਜ਼ਰੀਏ ਮੇਰੇ ਵੀਰੋ ਪੂਰੇ ਵਰਲਡ 'ਚ ਦੇਖਿਆ ਜਾ ਰਿਹਾ ਹੈ। ਔਰ ਸਾਡੇ ਬਹੁਤ ਹੀ ਪਿਆਰੇ ਵੀਰ ਮੇਰੇ ਵੀਰੋ ਦਰਬਾਰਾ ਸਿੰਘ ਜੀ ਕਨੇਡਾ ਤੋਂ ਇਹ ਮੈਚ ਦੇਖ ਰਹੇ ਨੇ, ਦਰਬਾਰਾ ਸਿੰਘ ਜੀ ਕਨੇਡਾ। ਔਰ ਨਾਲ ਹੀ ਹਰਪ੍ਰੀਤ ਗੋਲੂ ਵਿਨੀਪਿਕ ਸ਼ਹਿਰ ਹੈ ਕਨੇਡਾ ਦਾ, ਉਹ ਵੀ ਮੇਰੇ ਵੀਰੋ ਜੁੜੇ ਹੋਏ ਨੇ। ਅਵਤਾਰ ਬਰਾੜ ਹਾਂਗਕਾਂਗ ਲੰਗਿਆਣੇ ਤੋਂ, ਔਰ ਨਾਲ ਹੀ ਗੁਰਵਿੰਦਰ ਕਨੇਡਾ ਮੇਰੇ ਵੀਰੋ ਵੀ ਮੈਚ ਦੇਖ ਰਿਹਾ ਸੀ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਸ਼ੋਕਰ ਪੱਤੀ ਵਾਲਾ ਦੀਪਾ ਮਨੀਲਾ ਤੋਂ ਜੁੜ ਚੁੱਕਿਆ ਹੈ, ਇੰਦਰਜੀਤ ਮਨੀਲਾ ਤੋਂ ਮੈਚ ਦੇਖ ਰਿਹਾ ਹੈ, ਅਮਰਤ ਮਨੀਲਾ ਤੋਂ, ਇੰਦਰਜੀਤ ਦੁਬਈ ਤੋਂ ਮੈਚ ਦੇਖ ਰਿਹਾ ਹੈ, ਸੀਪਾ ਦੁਬਈ ਤੋਂ, ਕੁਲਵਿੰਦਰ ਆਸਟ੍ਰੇਲੀਆ ਤੋਂ, ਪਰਮਿੰਦਰ ਆਸਟ੍ਰੇਲੀਆ ਤੋਂ, ਰਾਜੂ ਕੋਟ ਮੁਹੰਮਦ ਖਾਂ ਆਸਟ੍ਰੇਲੀਆ, ਗੁਰੀ ਜਲੰਧਰ ਆਸਟ੍ਰੇਲੀਆ ਤੇ ਸੰਤ ਰੰਧਾਵਾ ਆਸਟ੍ਰੇਲੀਆ, ਹਰਮਨਦੀਪ ਇਟਲੀ। ਵਾਹ ਜੀ ਵਾਹ, ਬਿਜਲੀ ਵਾਲਾ ਮੱਲੀ ਸਾਹਿਬ ਮੇਰੀ ਆਵਾਜ਼ ਸੁਣਦੇ ਹੋਣ, ਉਹ ਪੀ ਟੀ ਸਾਹਿਬ ਸ਼ਿੰਦਰ ਪੀ ਟੀ ਸਾਹਿਬ ਨੂੰ ਮਿਲ ਲੈਣ ਪਾਣੀ ਪੀਣ ਵਾਲਾ ਜੀ। ਪੀਣ ਵਾਲਾ ਪਾਣੀ ਮੈਂ ਬੇਨਤੀ ਕਰਦਾ ਪ੍ਰਬੰਧਕ ਵੀਰਾਂ ਨੂੰ ਕਿ ਪੀਣ ਵਾਲਾ ਪਾਣੀ, ਗੋਪੀ ਵੀਰ ਹੈਪੀ, ਪੀਣ ਵਾਲਾ ਪਾਣੀ ਜਿਹਨਾਂ ਦੀ ਡਿਊਟੀ ਲਾਈ ਹੈ ਸਾਹਿਬ, ਪੀਣ ਵਾਲਾ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਪਹੁੰਚਦਾ ਕੀਤਾ ਜਾਵੇ। ਜਲਦੀ ਨਾਲ ਸੁੱਕੇ ਕਬੱਡੀ ਦਾ ਮੈਚ ਜਿਹੜਾ ਸ਼ੁਰੂ ਕੀਤਾ ਜਾਵੇ, ਕੁਝ ਗਿਲੇ ਸ਼ਿਕਵੇ ਉਹ ਜਿਹੜੇ ਦੂਰ ਹੋਣ ਤੋਂ ਬਾਅਦ ਕਬੱਡੀ ਦਾ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ। ਜਿੰਨੀ ਵੀ ਸੰਗਤ ਬੈਠੀ ਹੈ ਇੱਕ ਵਾਰੀ ਸ਼ਹੀਦਾਂ ਦੇ ਨਾਂ ਤੇ ਤਾੜੀ ਮਾਰ ਦਿਓ ਖੁੱਲ ਕੇ, ਜਿੰਨੀ ਸੰਗਤ ਬੈਠੀ ਹੈ। ਜਿਉਂਦੇ ਰਹੋ, ਵੱਸਦੇ ਰਹੋ, ਇਸੇ ਤਰ੍ਹਾਂ ਇਸ ਧਰਤੀ ਤੇ ਰੌਣਕਾਂ ਲੱਗਦੀਆਂ ਰਹਿਣ, ਕਿਉਂਕਿ ਪੰਜਾਬ ਨਹੀਂ ਅੱਜ ਪੂਰਾ ਵਰਲਡ ਜੁੜਿਆ ਬੈਠਾ ਇਸ ਕਬੱਡੀ ਦੇ ਕੱਪ ਨਾਲ। ਵਿਦੇਸ਼ਾਂ ਦੇ ਵਿੱਚ ਬੈਠੇ ਪ੍ਰਵਾਸੀ ਵੀਰ ਮੁਬਾਰਕਬਾਦ ਭੇਜਦੇ ਆ, ਨੈੱਟ ਦੇ ਜ਼ਰੀਏ ਸਾਡੇ ਨਾਲ ਜੁੜ ਚੁੱਕੇ ਆ। ਉਹਨਾਂ ਨੂੰ ਇੱਕੋ ਗੱਲ ਕਹਾਂਗਾ, ਤੁਸੀਂ ਵੱਸਦੇ ਰਹੋ ਪਰਦੇਸੀਓ, ਤੁਹਾਡੇ ਨਾਲ ਵਸੇ ਪੰਜਾਬ, ਤੁਸੀਂ ਰਹੋ ਸਲਾਮਤ ਸੋਹਣਿਓ, ਤੁਹਾਨੂੰ ਯਾਦ ਕਰੇ ਪੰਜਾਬ, ਇੱਕ ਮਿੱਟੀ ਆਪਣੀ ਭੁੱਲਿਓ ਨਾ, ਇੱਕ ਚੇਤੇ ਰੱਖਿਓ ਪੰਜਾਬ, ਇੱਕ ਮਾਂ ਆਪਣੀ ਨੂੰ ਭੁੱਲਿਓ ਨਾ, ਇੱਕ ਚੇਤੇ ਰੱਖਿਓ ਪੰਜਾਬ। ਪੰਜਾਬ ਦੀ ਧਰਤੀ ਇਹ ਮੁੱਦ ਕੀ ਅੱਜ ਪੂਰੀ ਦੁਨੀਆ 'ਤੇ ਪ੍ਰਸਿੱਧ ਹੈ, ਪਹਿਲਾਂ ਜਿੱਥੇ ਲੜਾਈ ਕਰਕੇ ਪ੍ਰਸਿੱਧ ਹੈ 1845 ਅਤੇ 1846 ਕਰਕੇ, ਇੱਕ ਇਤਿਹਾਸਕ ਨਗਰ ਹੈ। ਪਰ ਅੱਜ ਮੇਰੇ ਵੀਰੋ ਕਬੱਡੀ ਦਾ ਕੱਪ ਜਿਹੜਾ ਪੂਰੀ ਦੁਨੀਆ 'ਤੇ ਦਿਖਾਇਆ ਜਾ ਰਿਹਾ ਹੈ, ਪੂਰਾ ਵਰਲਡ
जिहड़ा इस कबड्डी के कप नाल जुड़िया कबड्डी 365.com दे जरिए। लाओ जी मुकाबला जिहड़ा शुरू होने जा रहा सुखे साइडां दसी किरां नौजवाना कंडियाल वालिया आपां रल मिल के जिहड़ियां गल्लां करनियां। लाओ जी मैं दस देना भी हरजीत तलवार क्लब जगराओं की जिहड़ी टीम है ये टीम जावड़ी है गुरु के लंगरां वाली साइड और इंटरनेशनल अमन एंड अंबी क्लब की टीम है जिहड़ी इधर शहर वाले पासे कह लिए और मुकाबला दोनों टीमों के बड़ा सोहना मुकाबला होना है खेडण जोरा नाल कबड्डी पुत सरदारा दे सरदारा की मां खेड है और सचजी मां खेड जी बड़ा माण मिले और मेरे ना महक ते सांझ पावेगा साडा वीर मंदर मिर्जे के ला भी दर्शक वीरों पहली कबड्डी पैन लगी एक बारी जोरदार संतों के नाम से ताड़ी मार दो वाह मथा टेकिया गभरू ने हथ जोड़े ते लगा रब नू त्यौण लुको मारो ताड़िया शेर नू जो थापी तावी चले कबड्डिया पाउण लुको आ खिलाड़ी का नाम मेरे वीरों जस्सा है पिंड चंद नवे की धरती और विदेशों की धरती से मेरे वीरों इस खिलाड़ी ने धुम पाई है पर कबड्डी जगत विच अनेक जिहड़ियां सट्टां फेटां लगी है पर फिर भी मेरे वीरों इस मुंडे ने जिहड़ा हौसला नहीं हारिया ते 1.5 पॉइंट जिहड़ा इंटरनेशनल अमन एंड अंबी क्लब दे इस दे विच जुड़ना होया उधर कहिंदे ने जाफलन बड़ी तकड़ी है इधर बेंती नाओ है मेरे वीरों राउ के पिंड है एक पासे कहिंदे ने भी वैनकूवर क्लब दे लई खेडण वाला इंटरनेशनल क्लब एडमिंटन दे लई खेडण वाला साधो की धरती का बलजीत है आ कहते ने भी कोलू ग्रैप है मेरे वीरो जेड़ा कहते भी एक बारी गुट फड़ लैंदा फिर छड़दा नहीं और यह है मेरे वीरो कोलू ग्रैप और गजन वाला पिंड है जिथों के कहते ने भी रिंपे ने दुनिया के ना चमकया है आ खिलाड़ी मेरे वीरो हने हने कबड्डी जग के ना उभर के आया है और मान बख्शे मखण चिड़क जी ने ज्योति पिंड फतेहगढ़ कोरो टाने की धरती का जिथों ने बाजी फतेहगढ़ वर्गे कहते ने भी असल खेड मेला कराने दी जिहड़ियां तैयारियां करवाते ने यह बड़े सोहने नाच मेरे वीरों करवाए जाने ने और ज्योति मेरे वीरों पॉइंट लैके अपने पाले वल हल्का जिहा टच किया है अगली कबड्डी कहते ने भी हांगकोंग दे विच बैठा है अवतार बराड़ मेरे वीरों वो माण करदा है खिडारी ते यह है प्रीतम पुराने वाले की धरती का मेरे वीर जिथों का निका पुराने वाली आ जिथों का गुरमीत है ते आ मेरे वीर सोनी वकीला वाव की धरती का जिथों के सुखे वर्गों का दा चलता है आर पॉइंट अपनी टीम के हिस्से अंबी हठूर के हिस्से डबल टच का जुड़ता हुआ आ खिलाड़ी कहते ने भी जस्सी चंद नवे की धरती का गल करेगा मंदर मिर्जे की लाओ मेरे वीर चंदा की धरती का जस्सी मैदान कबड्डी पाने के लिए बाद आया उधरले पासे एक पासे काला बीला ते नाल मेरे वीर तोची रसूलपुर का लाओ समय दियां गल्लां हो गईआं इधरले पासे लगदा होया जफा कि लग गया जफा तावी गया डकिया चढ़ गया चा जिन्हां जिन्हां ने तकिया सारिआं दे दिलां नूं चारी जानी है सरूर नहीं कबड्डीए कई प्लेयर तां असीं पहलां घरों सरदे ते कईआं दी तां करती गरीबी दूर नहीं कबड्डीए कई प्लेयर तो असं पहला घरों सर दे कलविंदर सुलियाणी वाला जिथे भी मेरी आवाज सुनदा गीते नूं मिले हरगण सुलियाणी वाला ला कलविंदर की कबड्डी पैंदी हुई एक कन्नी ते सैदो वाला बलजीत है नाल गोरू ग्रिप गजन वाले का नाल गगना है आ मेरे वीरो सैदो की धरती का बलजीत तारियां जरूर बजन गईआं एक पासे कुलविंदर है एक पासे सैदो वाला स्टार है पर नंबर तावी दा तारियां बजियां सुखिया आ कबड्डी दे खिडारी दे पिता ने जवानी दे पैर दे विच बहुत तकड़ी कबड्डी खेडी है साधु हरदासे दा पुत कबड्डी पाउण चलिया है हरदयाल दा वीर कबड्डी पाउण चलिया है सुख हरदासे वाला मोटरसाइकल वाला जेतू कबड्डी दा खिडारी मैदान दे विच रेड पाउंदा होया ते सामने देखांगे गल पकड़ी पाई है कहते रुमी वाला ज्ञानी कबड्डी जगत का उभरता हुआ हीरा है उधर महापुरश हाजर नाजर ने संत बाबा गुरदीप सिंह जी उन्होंने भी असं इतने पहुंचने बहुत बहुत धन्यवाद करते हैं और कहते ने भी गगू साडा वीर कबड्डी पाने लिए अगे वाधा हुआ चार खिलाड़ी ने मेरे वीरों
और खिलाड़ियों ने कहते भी मुडकी के प्लेयर भी जन्म दिता है, जिथे कहते भी बब्बू अज कबड्डी के नाच बका रहा है उत्थे सतनाम वर्गे हैप्पी वर्गे ए सैदोवाला कहते भी फ्लड जाफी बलजीत पर पॉइंट रेडर का कहते भी सतनाम वर्गे हैप्पी वर्गे बिले वर्गे और जगे वर्गे बब्बू वर्गे निमे वर्गे मेरे वीरियो और इस धरती का पुत बन के खेडिया है खेडदा भी है हर गुण सलिहाणी वाला मेरे वीरियो वह भी पहुंचा वह भी धन्यवाद है। आ खिलाड़ी कहते भी जस्सा चंदा की धरती का जट गुंदया पे स्वराज की तरह खेडे जो रेड अख चले बाज की तरह देश पंजाब वाजी वाह एडमिंटन स्पोर्ट्स देश पंजाब स्पोर्ट्स क्लब न्यूजीलैंड इकबाल सिंह जी बोदल साहब मंत्री हुकूमत वाला मंदिर मिर्जे के नू अगले साल 10,000 रुपए के नाल मान सम्मान देंगे बड़ी खुशी की गल है। आ कहते ने भी बेंते राव के वाला ये दो भरा ने एक खैरा ते एक बेंत मेरे वीरियो आर उधर सोनी वकीला वाली ने मेरे वीरियो टच किया है ते पॉइंट रेडर का आ चलिया चोटी कहते ने भी फतेहगढ़ कोरोटाने की धरती का जट गुंदिया पे आए स्वराज की तरह पाउंडा जद रेड अख चले बाज की तरह छेती किते जट नहीं किसे तो हरदा जट फोड़ वांग सुखिया फुकारे भरदा जट फोड़ वांग कहते ने भी अजकल कबड्डी दे विच फोड़ दिते जांदे ने मोटरसाइकिल दिते जांदे ने बुलट दिते जांदे ने लंडियां जीपां दित्तियां जांदियां फोरचूनर दिती जांदी है BMW की गल हो रही है और सामने है प्रीतम पुराने वाले की धरती का। मैं पहला कहा सी जब गगू एक गुट फड़ लवे ना को ग्रिप ते गुट छड़दा नहीं खोसे कोटले दे गुट ते मेरे भी 55,000 रुपया लगे है ये है को ग्रिप ताड़ी मार दो ओदे नाल ग्रिप ता बहा दंदा पिच जदों पै जांदा गोलू ग्रिप ता बहा दंदा पिच गजन वाले पिंड गोलू ग्रिप ने बहुत सोहना जफा लाया। अगली कबड्डी चंद नवे की धरती का जस्सी मैदान कबड्डी पाने लिए बाद आया ला उधर चार जाफी है हुण संदीप रामगढ़ वाला घूरिया बढ़ता है उधर काले बीले वाले नूं हथ लगा है ते नंबर जिहड़ा इस समय जस्सी अपनी टीम के हिस्से जोड़ता होया नाल ही असीं धन्नवाद करदे आं देश पंजाब स्पोर्ट्स क्लब न्यूजीलैंड साडा वीर इकबाल बोदल मंत्री हुकूमत वाले का सीधा लाइव देख रहे हैं और आने साल कहते भी मंदिर 10,000 रुपये के नाल तेरा जिहड़ा मान सम्मान करांगे। बहुत बहुत धन्यवाद इन्हां वीरां दा जिहड़े सीधा लाइव देख रहे हैं जुड़े बैठे नैट के जरिए बहुत बहुत धन्यवाद इन्हां सारे सज्जणां दा। पैंदी होई कबड्डी है गोरू ग्रिप गजण वाले दा जिहड़े जिहड़े गोरू नूं प्यार करदे हो ताड़ी मार के दस्सो एक वारी जिहड़े जिहड़े गोरू नूं प्यार करदे हो ताड़ी मार के दस्सो धुंद पैंदी लोहड़े दी मेरा अंग अंग जांदा ठरदा मुंडा भुल गया मोड़ आके करदा सीटी मार रेफरी आवे मुंडा भुल गया मोड़ आके करदा हुंदे ने बगाने पुत परे तो परे साडे बारे दिल विच रखी ना भलेखा रोल दिते इत्थे असी करे तो करे। गोलू ग्रिप दे लई हरदेव शकूर वाला 1,000 रुपये ने मान सम्मान भेजदा बहुत बहुत धन्यवाद हरदेव शकूर वाला गोलू ग्रिप गजण वाले दे लई 1,000 रुपये ने मान सम्मान भेजदा। ला सुख अरदासे वाला मैदान कबड्डी पा रहा है और इस कबड्डी के खिडारी ने भी धुम पाई हुई है पा भी कबड्डी से गल कर भी कंडियाल वाला इस कबड्डी के खिडारी बारे उधर कहते ने भी सीते ने टक्का मार के बाहर कढ दिता है ते पॉइंट अपनी टीम के हिस्से दे विच जोड़ दिता है और अगले मैच दीआं जिहड़ियां टीमां ने मेरे वीरियो वो कुछ साहब दा दसदे ने भी किहड़ा मैच होवेगा वो भी तैयारी खिंच लैण माझा मालवा क्लब जलंधर ते राणा साहब वाह जी वाह ये दोने टीमां जिहड़ियां तैयारी करके ग्राउंडां दे वल आ जाण संत बाबा ईश्वर सिंह जी कबड्डी अकैडमी राणा साहब और माझा मालवा कबड्डी क्लब जलंधर इन्हां टीमां नूं मेरी बेनती है भी जल्दी तो पहला जिहड़ी तैयारी खिंच लैण आ मेरे वीरो जस्सा चंद नवे दी धरती दा संत बाबा गुरदीप सिंह जी चंद पुराने वाले ने भी बड़ा मान बख्शे है यह है सीपा सीपा परे पॉइंट मेरे वीरो जस्से दे हिस्से दे विच जुड़दा हुआ है। अगली कबड्डी पाउण दे लई
अगे वाधा होया बेअंत राउके की धरती का कहते बुलट ते गड्डियां एवें नहीं मिलते मुल पैंदा मेहनत लाई दा एवें नहीं कनेडा यूके दे वीजे मिलते मुल पैंदा चंगी खड़ाई दा सुपर स्टार एवें नहीं बनते दिन रात मेहनत लाउंदे ने कहे अमन बराड़ा मुड़के ना विश्वास रहिंदा वाह कहते ने भी ढिलो अज बल्ले बल्ले करवाउण दीआं गल्लां इह आ दोदे वाला काला मेरे वीरियो आर अपनी टीम दे लई कोशिश कीती पर पॉइंट जिहड़ा बेअंत दे हिस्से दे विच जुड़दा होइआ आ चलिया कहिंदे ने साडा वीर इह आ ज्योति फतेहगढ़ कोरोटाणा दी धरती दा दो मॉडिफाई स्कूटर जित चुका है सोने दी मुंदी जित चुका है उधर कहिंदे ने बीले वाले नूं टच कीता ते पॉइंट रेडर दे हिस्से दे विच जुड़दा होइआ ए प्रीतम प्राणे वाले दी धरती दा जिहदे ख्यालां विच दिल खोया रहिंदा है सुनिया प्रीतम पिंड पुराने वाले विच रहिंदा है मिठे मिठे बोलां नाल जद वीरे वीरे कहिंदा है जान तो प्यारा यार जान कढ लैंदा है मोम स्प्रे जिहड़ी ग्राउंड दे विच पहुंच दी कीती जावे बराड़ साहब कुलदीप सिंह दी बराड़ इधर कहिंदे ने वी पाला राजिआं ने दी धरती दा ए मेरे वीरो नहीं फड़ सकिआ ते पॉइंट जिहड़ा प्रीतम पुराने वाले दे हिस्से जुड़दा होया कबड्डी जस्सी दी ते गल करेगा मंदर हां भी नौजवाना कबड्डी हंदिया कोलों पवे कबड्डी ते हंदिया कोले मुकदी उदों हंदे नहीं दिसदे मित्रो ते जदों ताल जापी दी ठुकदी कि रैफरी दी विसल दा यारो हुंदा इंतजार है मंदरा पंजाबियां नूं कबड्डी नाल मणा मोई प्यार है पंजाबियां नूं कबड्डी नाल मणा मोई प्यार है ला इधरले पासे कबड्डी जस्सी दी है ज्ञानी वाह ओ ज्ञानी ज्यौंदी रवे तेरी नानी जी ने तेरा प्यो व्याह ता सदके जावा बहुत ही सोहना मैदान दे लगदा होया जफा ए नंबर जिहड़ा मेरे वीरो हरजीत तलवार कबड्डी क्लब दे हिस्से जुड़दा होया नाल कुलदीप सिंह जी मूला प्रधान मिर्जे कहिंदे नाल मनप्रीत हुणी पुज्जे होए है बहुत बहुत धन्नवाद है इधरले पासे मैदान दे विच पैंदी होई कबड्डी लाओ भी कुलविंदर ने कबड्डी पा दित्ती है सोहनी खेड है मुंडे दी कुलविंदर नाओ है मेरे वीरो चार जाफी ए है गगू डाले दी धरती दा मेरे वीरो जिन्हें तारे वाले दे कबड्डी कप ते मोटरसाइकिल कहिंदे भी खेड मेले ते जित्तिया है ए टाले दी धरती दा गगू जिथों दे आत्मे वर्गे जिथों दे मनप्रीत वर्गे इंदरजीत वर्गे मेरे वीरो कबड्डी दे विच ना चमकदा है ए उस धरती दे गभरू दे कोशिश कीती है अगली कबड्डी पाउण दे लई ज्योति अगे वधदा होया कहिंदे नात 11 जिन्ना कद जटदा नात 11 जिन्ना कद जटदा थानेदार नालो रोब वध जटदा महिंद्रे दे नालो इहदा घट खर्चा ते कहिंदे ज्योति फतेहगढ़ दी भी सुखिया पूरी चर्चा है ज्योति फतेहगढ़ी दी भी सुखिया पूरी चर्चा पूरी चर्चा इस कबड्डी दे खिडारी दी लाओ सामने ज्योति दी पाई हुई कबड्डी है सदके जावा संभालिया होया शरीर खा खा खुराका यार सेहत गुंदी है ताही तां कबड्डी विच गल हुंदी है ताही तां कबड्डी विच गल हुंदी है अगली कबड्डी धरती मां नूं सलाम कीती है लाई हत्थां नूं कली ते करे मौला भली जवानी रेड़ ते चली है ला इधरले पासे एक कन्नी ते सोनी है वकीलां वाले दा गुगू है नाल राजे वालियां पाला है नाल तरवंडी भाई दा गगना चार जाफी इस समय दुनिया दे स्टार खड़े है उधरले पासे दर्शक वीर ला वाह ए है गुगू डाले वाला ए वाह रंग भावे मुंडे दा राजस्थान दी थीम वर्गा है पर काम मेरे वीरो बड़े बड़े कर जांदा है गल कबड्डी दी है ते नंबर धावी दा गल कर भी सुखिया इस कबड्डी दे खिडारी बारे लाओ जी जसे ने कबड्डी पा दित्ती है ते रामगढ़िए संदीप दा भी दुनिया पूरे नां जिहड़ा प्यार दे नाल लैंदी है और ज्ञानी रुमी वाला मेरे वीरो बहुत ही वधिया खिडारी है पर इस वक्त जिहड़ा पॉइंट है वह अमन एंड अंबी दे हिस्से दे विच जुड़दा होया अगली कबड्डी कहिंदे ने भी बेअंत पावेगा दरियावां कंडे रहण वाले बैल नहीं उसार दे ठंडिया दिमागां वाले गल बैठ के बचा दे ओए गुस्सा जिहनूं आवे ओह तां अकलां गवांदे ने जिहनूं आपणे ते माण सुखिआ ओह मैच जित के दिखाउंदे ने उधर गगन कहिंदे ने भी तलवंडी भाई पिंड है काला तोते दी धरती दा आ सोनी वकीलां वाला और दूजे पासे कहिंदे ने भी बेअंत है
ਤੇ ਪੁਆਟ ਮੇਰੇ ਵੀਰੋ ਬੈਂਤ ਰਾਉਕੇ ਪਿੰਡ ਬੜਾ ਮਸ਼ਹੂਰ ਪਿੰਡ ਹੈ ਜਿੱਥੋਂ ਦੇ ਅਮਰੀਕ ਵਰਗਿਆਂ ਦਾ ਵੀ ਨਾਂ ਚੱਲਦਾ ਹੈ ਮੇਰੇ ਵੀਰੋ। ਅਗਲੀ ਕਬੱਡੀ ਕਿਤਨ ਵੀ ਜੱਸਾ ਪਾਵੇਗਾ, ਜੱਸੀ ਆਖ ਦਿੰਦੇ ਪਿਆਰ ਦੇ ਨਾਲ, ਚੰਦ ਨਵੇਂ ਦੀ ਧਰਤੀ ਦਾ ਮੇਰੇ ਵੀਰੋ ਸਾਹਮਣੇ ਕਬੱਡੀ ਪਾਉਂਦਾ ਹੋਇਆ, ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ। ਦੇਖਣਾ ਵੀ ਰੁੰਮੀ ਵਾਲਾ ਗਿਆਨੀ ਹੈ, ਰਾਮਗੜੀਆ ਸੰਦੀਪ ਹੈ, ਸੀਪਾ ਹੈ, ਤੇ ਬੀਲੇ ਵਾਲੇ ਦਾ ਵੀ ਕਹਿੰਦੇ ਨੇ ਵੀ ਦੂਜਾ ਇੱਕ ਮੈਂ ਕਬੱਡੀ ਦਾ ਬੀਲੇ ਵਾਲਾ ਕਾਲਾ ਨਾਗ ਮੇਰੇ ਵੀਰੋ। ਔਰ ਦੂਜੇ ਪਾਸੇ ਦੇਖਣਾ ਵੀ ਰਾਮਗੜੀਆ ਸੰਦੀਪ ਨੇ ਕੋਸ਼ਿਸ਼ ਕੀਤੀ ਹੈ, ਪਰ ਇਹ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਕਹਿੰਦੇ ਗੱਲਾਂ ਕਰਦੇ ਨੇ ਯਾਰੋ ਜਿਹੜੇ ਵੱਡੀਆਂ, ਅਸੀਂ ਉਹ ਵੀ ਅਜਮਾਏ ਹੋਏ ਨੇ, ਕਈ ਯਾਰਾਂ ਨੂੰ ਧੋਖਾ ਦੇ ਦਿੰਦੇ, ਉਹ ਅਸੀਂ ਦੁਸ਼ਮਣਾਂ ਨਾਲ ਵੀ ਵਾਅਦੇ ਨਿਭਾਏ ਹੋਏ ਨੇ, ਕੌਡੀ ਖੇਡਣੀ ਸੀ ਜਿਹੜੇ ਪਸੰਦ ਕਰਦੇ। ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਕਬੱਡੀ ਕੱਪ ਦੇਖਣ ਆਏ ਹੋਏ ਨੇ, ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਕੱਪ ਦੇਖਣ ਆਏ ਹੋਏ ਨੇ ਸੋ ਵਾਟਰ ਬ੍ਰੇਕ ਹੋਈ ਹੈ ਨਾਲ ਦੀ ਨਾਲ। ਅਗਲੀਆਂ ਦੋਨੇ ਟੀਮਾਂ ਜਲਦੀ ਦੇ ਨਾਲ, ਮਾਝਾ ਮਾਲਵਾ ਕਬੱਡੀ ਕਲੱਬ ਜਲੰਧਰ, ਸੰਤ ਬਾਬਾ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ, ਦੋਨੇ ਅਕੈਡਮੀਆਂ ਜਿਹੜੀਆਂ ਤਿਆਰੀ ਕਰਕੇ ਗਰਾਊਂਡਾਂ ਦੇ ਵੱਲ ਆ ਜਾਣ। ਕਿਹੋ ਜਿਹਾ ਆ ਗਿਆ ਅੱਜ ਕੱਲ੍ਹ ਦਾ ਜ਼ਮਾਨਾ, ਕੋਈ ਡਿੱਗਿਆਂ ਨੂੰ ਗਲ ਨਾਲ ਲਾਵੇ ਨਾ, ਟਾਹਣੀ ਨਾਲ ਲੱਗਿਆਂ ਦਾ ਮੁੱਲ ਪਾਉਂਦੇ ਲੋਕੀ, ਕੋਈ ਡਿੱਗਿਆਂ ਦਾ ਮੁੱਲ ਇੱਥੇ ਪਾਵੇ ਨਾ, ਧਰਤੀ ਨੂੰ ਵੇਖ ਵੇਖ ਤੁਰਿਆ ਕਰ ਮੰਦਰਾ, ਕੋਈ ਪੈਰਾਂ ਥੱਲੇ ਕੀੜਾ ਆ ਜਾਵੇ ਨਾ, ਧਰਤੀ ਨੂੰ ਵੇਖ ਵੇਖ ਤੁਰਿਆ ਕਰ ਮੰਦਰਾ, ਕੋਈ ਪੈਰਾਂ ਥੱਲੇ ਕੀੜਾ ਆ ਜਾਵੇ ਨਾ। ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਓਂ ਦੇ ਨੰਬਰ ਨੇ 14, ਅਮਨ ਐਂਡ ਅੰਬੀ ਹਠੂਰ ਕਲੱਬ ਮੋਗਾ ਦੇ ਨੰਬਰ ਨੇ 13। ਉਧਰ ਕਹਿੰਦੇ ਨੇ ਵੀ 13 ਦਾ ਸਮਾਂ ਹੋ ਚੁੱਕਾ ਹੈ, ਹਾਫ ਸਮੇਂ ਦਾ। ਸੁਖਚੈਨ ਸਿੰਘ ਜੀ, ਚੈਣਾ ਜੀ ਲਾਓ ਜੀ, ਇਹ ਪੁਆਇੰਟ ਲਿਖੇ ਕਿਹਨੇ ਹੈ, ਇਹ ਪੁਆਇੰਟ ਨੋਟ ਕਿਹਨੇ ਕੀਤੇ ਹੈ? ਬੋਰਡ ਸਿੰਘ ਜੀ ਲਾਓ ਵੀ ਮੇਰੇ ਵੀਰੋ। ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਕੁਲਵਿੰਦਰ ਆਸਟ੍ਰੇਲੀਆ ਤੇ ਪਰਮਿੰਦਰ ਆਸਟ੍ਰੇਲੀਆ ਨਾਲ ਆਪਣੇ ਯਾਰਾਂ ਦੋਸਤਾਂ ਦੇ ਬੈਠੇ ਨੇ। ਗੁਰੀ ਜਲੰਧਰ ਸ਼ਹਿਰ ਹੈ, ਆਸਟ੍ਰੇਲੀਆ ਦੇ ਵਿੱਚ ਵਸਿਆ ਹੈ, ਸੱਤਾ ਰੰਧਾਵਾ ਆਸਟ੍ਰੇਲੀਆ, ਤੇ ਨਾਲ ਮੇਰੇ ਵੀਰੋ ਹਰਮਨਦੀਪ ਚਹਿਲ ਇਟਲੀ ਤੋਂ ਜੁੜਿਆ ਹੋਇਆ ਹੈ, ਰਾਜੂ ਕੋਟ ਮਹਿਮਦ ਖਾਂ ਪਿੰਡ ਆਸਟ੍ਰੇਲੀਆ ਦੇ ਵਿੱਚ ਬੈਠਾ ਹੈ, ਇਹ ਡਾਕਟਰ ਜਤਿੰਦਰ ਦੇ ਵੀਰ ਨੇ ਮੇਰੇ ਵੀਰੋ, ਇਹਨਾਂ ਨੂੰ ਵੀ ਮੁਬਾਰਕਬਾਦ ਹੈ ਖੇਡ ਵੇਲੇ ਦੀ। ਨਾਲ ਹੀ ਦਰਬਾਰਾ ਸਿੰਘ ਜੀ ਕਨੇਡਾ, ਹਰਪ੍ਰੀਤ ਗੋਲੂ ਵਿਨੀਪਕ ਕਨੇਡਾ, ਗੁਰਵਿੰਦਰ ਕਨੇਡਾ, ਦੀਪਾ ਮਨੀਲਾ, ਇੰਦਰਜੀਤ ਮਨੀਲਾ, ਅਮਰਤ ਮਨੀਲਾ, ਇੰਦਰਜੀਤ ਦੁਬਈ, ਸੀਪਾ ਦੁਬਈ ਮੇਰੇ ਵੀਰੋ, ਅਵਤਾਰ ਵਰਡ ਹਾਂਗਕਾਂਗ, ਇਹ ਸਾਰੇ ਮੈਚ ਦੇਖ ਰਹੇ ਨੇ ਮੇਰੇ ਵੀਰੋ। ਧੰਨਵਾਦ ਇਹਨਾਂ ਵੀਰਾਂ ਦਾ। ਇੱਕ ਅਮਰਤ ਮਨੀਲਾ ਸਾਡਾ ਵੀਰ, ਯੋਧਾ ਇਟਲੀ ਤੇ ਯੋਧਾ ਆਸਟ੍ਰੇਲੀਆ। ਉਧਰ ਕਹਿੰਦੇ ਨੇ ਵੀ ਸਾਡੇ ਵੀਰ ਮੈਚਾਂ ਦਾ ਆਨੰਦ ਮਾਣਦੇ ਨੇ, ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਮਿੰਟਨ ਵਾਲੇ ਸੋਨੀ ਦਾਉਦਰ, ਸੋਨੀ ਸਵੱਡੀ, ਦਵਿੰਦਰ ਢਾਡਾ ਵੈਰੋ ਕੇ ਕੁਲਵਿੰਦਰ ਸਿੰਘ ਜੀ ਆਸਟ੍ਰੇਲੀਆ ਸਾਡੇ ਨਾਲ ਜੁੜ ਚੁੱਕੇ ਆ, ਬਹੁਤ ਬਹੁਤ ਧੰਨਵਾਦ ਕੁਲਵਿੰਦਰ ਸਿੰਘ ਜੀ। ਗਿੱਲ ਹਰਿਆਣੇ ਵਾਲੇ ਆਸਟ੍ਰੇਲੀਆ ਦੇ ਵਿੱਚ ਆਪਣੇ ਮਿੱਤਰ ਮੰਡਲੀ ਦੇ ਨਾਲ ਮੈਚ ਦੇਖ ਰਹੇ ਆ, ਮੁਬਾਰਕਬਾਦ ਭੇਜਦੇ ਆ, ਬਹੁਤ ਬਹੁਤ ਧੰਨਵਾਦ ਹੈ। ਨਾਲ ਬੱਬੂ ਸਾਡਾ ਵੀਰ ਲੱਲਿਆਂ ਵਾਲਾ, ਉਹ ਵੀ ਜਿਹੜਾ ਕੈਨੇਡਾ ਦੇ ਵਿੱਚ ਜੱਗੇ ਦੇ ਨਾਲ ਬੈਠਾ ਮੈਚ ਦੇਖ ਰਿਹਾ, ਬਹੁਤ ਬਹੁਤ ਧੰਨਵਾਦ ਹੈ। ਉਧਰ ਕਹਿੰਦੇ ਨੇ ਵੀ ਸਵਰਨਾ ਮੱਲ ਮੇਰੇ ਵੀਰੋ ਸਰੀ ਸ਼ਹਿਰ ਤੋਂ ਜੁੜਿਆ ਹੋਇਆ, ਕੜਿਆਲ ਪਿੰਡ ਹੈ ਮੇਰੇ ਚਾਚਾ ਜੀ ਲੱਗਦੇ ਨੇ, ਜੀਪ ਉਹਨਾਂ ਦਾ ਵੀ ਧੰਨਵਾਦ ਹੈ। ਬਾਹਰ ਜੀਪ ਖੜੀ ਹੈ, HNE 570 ਉਹ ਗੱਡੀ ਕਰਨੀ ਹੈ, ਸੋ ਮੇਰੀ ਬੇਨਤੀ ਹੈ ਵੀ ਉਹ ਜੀਪ ਜਿਹੜੀ ਸੈਰ ਤੇ ਕਰ ਦਿੱਤੀ ਜਾਵੇ। ਸਾਈਡਾਂ ਸੁੱਕੇ ਸਾਈਡਾਂ ਇੱਕ ਵਾਰੀ ਦੱਸ ਦੀ, ਸਾਈਡਾਂ ਚੇਂਜ ਹੋਈਆਂ ਮੈਨੂੰ ਲਾਓ ਜੀ। ਮੈਂ ਦੱਸ ਦੇਵਾਂ ਵੀ ਹਰਜੀਤ ਤਲਵਾਰ ਕਲੱਬ ਜਗੜਾਓ ਦੀ ਜਿਹੜੀ ਟੀਮ ਹੈ, ਇਹ ਟੀਮ ਮੇਰੇ ਵੀਰੋ ਇੱਧਰ ਸ਼ਹਿਰ ਵਾਲੇ ਪਾਸੇ ਆ ਗਈ ਹੈ, ਔਰ ਇੱਧਰ ਗੁਰੂ ਕੇ ਲੰਗਰਾਂ ਵਾਲੇ ਪਾਸੇ ਅਮਨ ਐਂਡ ਅੰਬੀ ਕਲੱਬ ਮੇਰੇ ਵੀਰੋ ਪਹੁੰਚ ਚੁੱਕੀ ਹੈ। ਔਰ ਜੱਸਾ ਚੰਦ ਪੁਰਾਣੇ ਵਾਲਾ ਕਹਿੰਦੇ ਨੇ ਵੀ ਵਿਦੇਸ਼ਾਂ ਦੀ ਧਰਤੀ ਤੇ ਵੀ ਅਮਨ ਐਂਡ ਅੰਬੀ ਕਲੱਬ ਦੀ ਤਰਫੋਂ ਖੇਡਿਆ ਹੈ। ਔਰ ਇੱਧਰ ਮਨਪ੍ਰੀਤ ਡਾਲ ਕਹਿੰਦੇ ਨੇ ਵੀ ਮੁੰਡੇ ਦਾ ਨਾਂ ਚੱਲਦਾ ਕਿਤੇ ਹੇਜ ਵੱਲੋਂ, ਕਿਤੇ ਸਲੋ ਵੱਲੋਂ, ਕਿਤੇ ਸਾਊਥ ਆਲ ਵੱਲੋਂ। ਆ ਕਹਿੰਦੇ ਨੇ ਵੀ ਪ੍ਰੀਤਮ ਪੁਰਾਣੇ ਵਾਲੇ ਦੀ ਧਰਤੀ ਦਾ, ਪਰਮਾਤਮਾ ਕਰੇ ਵੀ ਇਹ ਪਲੇਅਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਮੇਰੇ ਵੀਰੋ। ਉਧਰ ਸਾਹਮਣੇ ਪਈ ਹੋਈ ਕਬੱਡੀ ਤੇ ਲੱਖਾ ਸਾਫੂ ਵਾਲੇ ਪਿੰਡ ਦਾ ਮੇਰੇ ਵੀਰੋ ਆ ਗਿਆ ਹੈ, ਇਹ ਹੈ ਆਤਮਾ ਡਾਲੇ ਵਾਲਾ, ਇਹ ਡਬਲ ਟੱਚ ਹੈ ਤੇ ਪੁਆਇੰਟ ਪ੍ਰੀਤਮ ਦਾ। ਤੇ ਅਗਲੀ ਕਬੱਡੀ ਆਪ ਖਿਡਾਰੀ ਦੀ ਗੱਲ ਕਰਦਾ ਸੀ ਮੇਰੇ ਵੀਰੋ, ਕਹਿੰਦੇ ਨੇ ਵੀ ਅਮਨ ਐਂਡ ਅੰਬੀ
ਜੋ ਖਿਡਾਰੀ ਸਾਡੇ ਕੋਲੋਂ ਤੁਰ ਗਏ ਨੇ ਸਾਈਡਾਂ ਸੁੱਕੇ ਸਾਈਡਾਂ ਦੱਸੀ ਭਰਾਵਾ ਇਹ ਸਾਈਡਾਂ ਮੇਰੇ ਵੀਰ ਮੈਂ ਪਹਿਲਾਂ ਦੱਸ ਚੁੱਕਾ ਬੜਾ ਜਿਹਾ ਖਿਆਲ ਕਰਿਆ ਕਰੋ ਮੈਂ ਪਹਿਲਾਂ ਵੀ ਕਿਹਾ ਵੀ ਹਰਜੀਤ ਤਲਵਾਰ ਕਲੱਬ ਜਗਰਾਓ ਜਿਹੜੀ ਇਹ ਸ਼ਹਿਰ ਵਾਲਾ ਪਾਸਾ ਕਹਿ ਲਈਏ ਤੇ ਗੁਰੂ ਕੇ ਲੰਗਰਾਂ ਵਾਲੇ ਪਾਸੇ ਜਿਹੜੀ ਕਲੱਬ ਹੈ ਅਮਨ ਐਂਡ ਅੰਬੀ ਹਠੂਰ ਕਲੱਬ ਮੋਗੇ ਦੀ ਟੀਮ ਆ ਨੋਟ ਕਰ ਲਈ ਬੋੜਿਆ ਬੋੜੇ ਨੋਟ ਕਰ ਲਈ ਭਰਾਵਾ ਮੁੜ ਕੇ ਬਾਅਦ ਦੇ ਵਿੱਚ ਕਿਉਂਕਿ ਪਹਿਲਾਂ ਸੁੱਖੇ ਨੇ ਬੋਲਿਆ ਸੀ ਇਹ ਮੈਨੂੰ ਵੀ ਪਤਾ ਇਹ ਨੋਟ ਕਰ ਲਿਆ ਕਰੋ ਲਾ ਰਾਮਗੜ੍ਹ ਦੀ ਧਰਤੀ ਦਾ ਸੰਦੀਪ ਸਾਹਮਣੇ ਦੇਖਦੇ ਆ ਰੇਡਰ ਨੂੰ ਮਿਲਦਾ ਨਹੀਂ ਸੀ ਪਾਲਾ ਜਦੋਂ ਆਉਂਦਾ ਸੀ ਗਰਾਊਂਡਾਂ ਦੇ ਵਿੱਚ ਤਲਵੰਡੀ ਵਾਲਾ ਲਾਲਾ ਜਦੋਂ ਆਉਂਦਾ ਸੀ ਗਰਾਊਂਡਾਂ ਦੇ ਵਿੱਚ ਤਲਵੰਡੀ ਵਾਲਾ ਲਾਲਾ ਲਾਲਾ ਤਲਵੰਡੀ ਭਾਈ ਵਾਲਾ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਉਹਨੂੰ ਵੀ ਜੀਆ ਨੂੰ ਆਖਦੇ ਆ ਬੇਅੰਤ ਰਾਓ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਹੈ ਲੱਖਾ ਸਾਫੂ ਵਾਲੇ ਦਾ ਉਰਲੀ ਕੰਨੀ ਤੇ ਗੋਲੂ ਗ੍ਰਿਪ ਗੱਜਣ ਵਾਲੇ ਦਾ ਲਾ ਉਹੀ ਜਾਫੀ ਜਿਹਨੂੰ ਪੰਜਾਬੀ ਪਿਆਰ ਕਰਦੇ ਆ ਗੋਲੂ ਗ੍ਰਿਪ ਗੱਜਣ ਵਾਲੇ ਦਾ ਤੇ ਨਾਲ ਨਾਲ ਬੇਅੰਤ ਰਾਓ ਕਿਆ ਵਾਲਾ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਭਾਵੀ ਨੌਜਵਾਨਾਂ ਅਗਲੀ ਕਬੱਡੀ ਤੇ ਗੱਲ ਕਰ ਵੀ ਸੁੱਖਿਆ ਇਸ ਕਬੱਡੀ ਦੇ ਖਿਡਾਰੀ ਬਾਰੇ ਲਾਓ ਵੀ ਮੇਰੇ ਵੀਰੋ ਸਾਹਮਣੇ ਅਮਨ ਐਂਡ ਅੰਬੀ ਦੀ ਤਰਫੋਂ ਮੇਰੇ ਵੀਰੋ ਪੁਆਇੰਟ ਇੱਧਰ ਕਹਿੰਦੇ ਨੇ ਵੀ ਜੋਤੀ ਫਤਿਹਗੜ੍ਹ ਕੋਰੋ ਟਾਣੇ ਦੀ ਧਰਤੀ ਦਾ ਆਪਣੀ ਟੀਮ ਦੀ ਤਰਫੋਂ ਮੇਰੇ ਵੀਰੋ ਰੇਡ ਪਾਉਣ ਦੇ ਲਈ ਅੱਗੇ ਵਾਧਾ ਹੋਇਆ ਸਾਹਮਣੇ ਦੇਖਣਾ ਵੀ ਕੌਣ ਇਹ ਬੀਲੇ ਵਾਲੇ ਦੇ ਨਾਲ ਮੇਰੇ ਵੀਰੋ ਟੱਚ ਹੋਇਆ ਤੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਨੇ ਵੀ ਪ੍ਰੀਤਮ ਪੁਰਾਣੇ ਵਾਲੇ ਦੀ ਧਰਤੀ ਦਾ ਪਾਉਣ ਦੇ ਲਈ ਵਾਧਾ ਹੋਇਆ ਸੋਹਣੀ ਖੇਡ ਹੈ ਮੁੰਡੇ ਦੀ ਕਹਿੰਦੇ ਦੁਸ਼ਮਣ ਦੀ ਥਾਲੀ ਵਿੱਚ ਕਦੇ ਖਾਣਾ ਖਾਈਏ ਨਾ ਭੈਣ ਯਾਰ ਦੀ ਨਾਲ ਕਦੇ ਵੀ ਯਾਰੀ ਲਾਈਏ ਨਾ ਯਾਰ ਸੱਪ ਦੀ ਨੀ ਛੱਡਦੀ ਬੰਦਾ ਮਾਰ ਮਕਾਉਂਦੀ ਹੈ ਪੈਂਦੇ ਦਿਸਣ ਪਟਾਕੇ ਗੋਪੀ ਜਦੋਂ ਜਵਾਨੀ ਆਉਂਦੀ ਹੈ ਪੈਂਦੇ ਦਿਸਣ ਪਟਾਕੇ ਜਦੋਂ ਜਵਾਨੀ ਆਉਂਦੀ ਹੈ ਇਹ ਹੈ ਡਾਲੇ ਵਾਲਾ ਆਤਮਾ ਜਿਸ ਖਿਡਾਰੀ ਨੇ ਹੁਣ ਜੱਫਾ ਲਾਇਆ ਵੀਰ ਵੀਰਿਓ ਇਹ ਹੈ ਡਾਲੇ ਵਾਲਾ ਆਤਮਾ ਲਾ ਕਬੱਡੀ ਜੱਸੀ ਚਾਂਦ ਨਵੇਂ ਦੀ ਧਰਤੀ ਦਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰ ਚਾਰ ਜਾਫੀ ਹੈ ਕਾਲਾ ਬੀਲੇ ਦਾ ਨਾਲ ਸੰਦੀਪ ਰਾਮਗੜ੍ਹ ਦਾ ਕਬੱਡੀ ਦੇ ਮੈਦਾਨ ਦੇ ਚਾਰ ਜਾਫੀਆਂ ਦੀ ਚੈਨ ਘੁੰਮਦੀ ਹੈ ਹੁਣ ਕੌਣ ਜਾਫੀ ਵੱਧ ਕੇ ਇਸ ਕਬੱਡੀ ਦੇ ਖਿਡਾਰੀ ਨੂੰ ਜੱਫਾ ਲਾਊਗਾ ਕੌਣ ਵਾਹ ਇਹ ਹੈ ਗਿਆਨੀ ਗੱਲ ਨਹੀਂ ਬਣੀ ਨੌਜਵਾਨਾਂ ਪਰ ਨੰਬਰ ਧਾਵੀ ਦਾ ਨੰਬਰ ਰੇਡਰ ਦਾ ਸਫਾਇਦਾ ਤੇ ਕਿੱਕਰ ਬਾਲਣ ਦਿੰਦੇ ਹੁੰਦੀ ਤੂਤ ਦੀ ਸੰਘਣੀ ਛਾਂ ਕੋਇਲ ਤੇ ਤੋਤਾ ਸੋਹਣਾ ਬੋਲਦੇ ਪਰ ਚਲਾਕ ਹੈ ਸਭ ਤੋਂ ਕਾਂ ਪਿਓ ਤੋਂ ਪੁੱਤ ਦੁਨੀਆਦਾਰੀ ਸਿੱਖੇ ਤੇ ਮਮਤਾ ਦੇਵੇ ਮਾਂ ਜਿੱਥੇ ਇਹ ਗੱਲਾਂ ਸੱਚੀਆਂ ਮੰਦਰਾਂ ਉੱਥੇ ਸੱਚਾ ਹੈ ਰੱਬ ਦਾ ਨਾਂ ਇਹ ਹੈ ਫਲੱਡ ਕਬੱਡੀ ਦਾ ਦੁਨੀਆ ਜਿਹੜੀ ਨਾ ਆਪਣੇ ਆਪ ਜਿਹੜੀ ਖੜੀ ਹੋ ਜਾਂਦੀ ਹੈ ਜਦੋਂ ਕੋਈ ਟਾਪ ਦੇ ਜਾਫੀ ਦੇ ਜੱਫਿਆਂ ਦੀ ਗੱਲ ਕਰਦਾ ਹੈ ਆ ਕਹਿੰਦੇ ਨੇ ਵੀ ਬੱਬੂ ਅੱਗੇ ਵਾਧਾ ਹੋਇਆ ਮੇਰੇ ਵੀਰੋ ਕਹਿੰਦੇ ਹਾਲੈਂਡ ਵਾਂਗੂ ਜੱਟ ਮਾਰੇ ਬੜਕ ਸੋਨਾ ਲੀਕਾ ਵਾਂਗੂ ਬੱਬੂ ਕੱਢੇ ਰੜਕ ਪਾਵੇ ਜਦੋਂ ਰੇਡ ਮੁੰਡਾ ਪੂਰਾ ਜੱਚਦਾ ਸੁੱਖਿਆ ਫੋੜ ਨਾਲੋਂ ਬੱਬੂ ਵੱਧ ਬੈਕ ਭੱਜਦਾ ਉਧਰ ਕਹਿੰਦੇ ਨੇ ਵੀ ਸੰਦੀਪ ਰਾਮਗੜ੍ਹ ਦੀ ਧਰਤੀ ਦਾ ਇਹ ਹੈ ਰਾਮਗੜ੍ਹ ਪਿੰਡ ਹੈ ਮੁੰਡੇ ਦਾ ਤੇ ਮੁੰਡੇ ਨੂੰ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਜਿਹੜਾ ਵਾਧਾ ਕਰ ਦਿੱਤਾ ਅਗਲੀ ਕਬੱਡੀ ਪਾਉਣ ਦੇ ਲਈ ਹਰਜੀਤ ਤਲਵਾਰ ਕਲੱਬ ਜਗਰਾਓ ਦੀ ਤਰਫੋਂ ਇਹ ਸੁਖਚੈਨ ਚੈਣਾ ਜੀ ਦੀ ਸਿਖਾਈ ਹੋਏ ਇਹ ਪਲੇਅਰ ਨੇ ਮੇਰੇ ਵੀਰੋ ਹੁਣ ਕਬੱਡੀ ਪਾਉਂਦਾ ਹੋਇਆ ਇਹ ਬੇਅੰਤ ਰਾਉਕੇ ਦੀ ਧਰਤੀ ਦਾ ਸਾਹਮਣੇ ਪੈਂਦੀ ਹੋਈ ਕਬੱਡੀ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਵਾਹ ਕਹਿੰਦੇ ਨੇ ਵੀ ਭੂਕਣੇ 'ਚ ਜਵਾਨੀ ਫਸਣ ਵਾਲੀ ਗੱਲ ਬਣ ਜਾਂਦੀ ਹੈ ਮੁੰਡੇ ਦਾ ਸਰੀਰ ਵੇਖੋ ਮੁੰਡੇ ਦਾ ਵਿੱਤ ਵੇਖੋ ਤੇ ਮੁੰਡੇ ਨੇ ਪੰਗਾ ਕਿਹਦੇ ਨਾਲ ਲਿਆ ਇਹ ਹੈ ਸਾਦੇ ਦਾ ਬਲਜੀਤ ਜੀਤਾ ਤੇ ਬਲਜੀਤਾ ਸੁਖਿਆ ਇੱਕੋ ਕੁੱਖ ਦੇ ਜਾਏ ਨੇ ਇੰਜ ਲੱਗਦਾ ਸੁਖਿਆ ਕਿ ਰੱਬ ਨੇ ਕੌਡੀ ਖੇਡਣ ਲਈ ਬਣਾਏ ਨੇ ਰੱਬ ਨੇ ਕੌਡੀ ਖੇਡਣ ਲਈ ਬਣਾਏ ਨੇ ਸਿਰੇ ਦੇ ਰੇਡਰਾਂ ਨੂੰ ਕਰਦਾ ਇਹ ਠੀਕ ਸਿਰੇ ਦਾ ਜਾਫੀ ਆ ਸੁਖਿਆ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦਾ ਜੱਦੀ ਪਿੰਡ ਹੈ ਔਰ ਇੱਧਰ ਰੁੰਮੀ ਵਾਲਾ ਗਿਆਨੀ ਕਹਿੰਦੇ ਨੇ ਵੀ ਕੋਸ਼ਿਸ਼ ਕਰਦਾ ਹੈ ਤੇ ਮੁੰਡਾ ਹੱਥ ਨਹੀਂ ਧਰਾਉਂਦਾ ਤੇ ਪੁਆਇੰਟ ਜੱਸਾ ਚੰਦ ਪੁਰਾਣੇ ਵਾਲਾ ਅਮਨ ਐਂਡ ਅੰਬੀ ਕਲੱਬ ਦੇ ਲਈ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਉੱਧਰ ਪ੍ਰੀਤਮ ਪੁਰਾਣੇ ਵਾਲੀ ਆ ਅਵਤਾਰ ਬਰਾੜ ਹਾਂਗਕਾਂਗ ਮਾਣ ਕਰਦਾ ਇਹਦੇ ਤੇ ਕਹਿੰਦੇ ਨੇ
हैप्पी ते प्रदीप लई दुआवां साडियां अवतार बराड जी ने बाहां साडियां बड़ा कुछ किया इस हांगकांग दे सितारे ने ताइयो ता परदेसी सुखिया जान तो प्यारे ने यह आत्मा डाले वाला जिन्हें कहते भी धूड़ कोट के कबड्डी महाकुंभ से प्यार का माण का मुल मिले है मोटरसाइकिल दे नाल माण मिले ने मेरे वीरो आत्मा डाले वाला आ चले ज्योति मेरे वीरो ये अपने पिंड फतेहगढ़ कोरो ढाणे की धरती से मेरे वीरो तकड़े मैच करवाए जा रहे हैं उधर कहते ने भी कुलविंदर परमिंदर राजू ते नाल कुड़ी ते सत्ता आस्ट्रेलिया तो जुड़े हुए ने डॉक्टर दे वीर ने जतिंदर दे हल्का जिहा टच वीले वाले नूं ते पॉइंट रेडर दा साडे दरबारा सिंह जी कनेडा नाल गुरप्रीत सिंह जी हरप्रीत गोरू विनीपक कनेडा गुरविंदर कनेडा इन्हां दा वी अगलियां गल्लबात कर रहे हैं दोने अकैडमी कमेकर अगड़ जी आपां सद्दा पत्र दे रहे हैं माझा मालवा कबड्डी क्लब जलंधर संत बाबा ईश्वर सिंह जी कबड्डी क्लब राणा साहब दोने टीम हजे तक ग्राउंड च नहीं आई मेरी बेनती है भी वेटिंग रूम दोने टीम पार जल्दी के नाल माझा मालवा कबड्डी क्लब जलंधर संत बाबा ईश्वर सिंह कबड्डी क्लब राणा साहब डाले वाला आत्मा कुलविंदर कुलविंदर ते आत्मा बल्ले 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 हुई पई है वाह वाह दूर कुड़े खेड कबड्डी का है सानू बड़ा सुरूर कुड़े है फकरा की कृपा नहीं पिंड भगते वाले ते पुत बगाना लै जांदा है खिच के पाले ते पुत बगाना लै जांदा है खिच के पाले ते आ कहंदे ने भी जस्सी चंदा वाला मेरे वीर अगे वधदा सिया अगलिया दोनों अकेडमिया तैयार फुर तैयार होके जिहड़ा के बाहर ग्राउंड के लागे आ जाण सामने कहंदे ने भी जस्सी ने कबड्डी पा दित्ती है आ है संदीप रामगढ़ वाला मेरे वीर इस वक्त लाउण की गल जफ्फे की करदा होया और कहंदे ने भी शानदार जफ्फा लग चुका है सारी उम्र ने मिटदी मिली हुई पहचान गदारी दी मरदे ओ यार ना रखे इज्जत जो यारी दी गलती दे अपनी होवे किसे दूजे सिर वड़िए ना खेडनी जे होवे कबड्डी हैप्पी भुल के किसे नाल लड़िए ना खेडनी जे होवे कबड्डी गोपी भुल के किसे नाल लड़िए ना भुल के किसे नाल लड़िए ना ला मैदान दे च बेअंत राव कमला इस समय मैदान दे च कबड्डी पाउंदा आ नाल सुखे कणियाल दे लई साडे वीर डाक्टर जतिंदर वाली एक सार रुपये ने मान सम्मान पुजदे हुए है बहुत बहुत धन्यवाद क्योंकि विदेशों के बैठे साडे वीर कुलविंदर होरी जिहड़े आस्ट्रेलिया दे विच अपने यार मित्रां दे नाल बैठे लाइव देख रहे हैं कहते भी मंदरा सिद्धी स्क्रीन लगी हुई है ते सारे यार अज कम तो वेले हो के इन्हां मैचां दा आनंद माण रहे हैं लो पैंदी हुई रेड ते नाल उधरले पासे चार जाफी है संदीप ए है संदीप रामगढ़ चुंगा की धरती का टाप का जाफी है समय दियां गल्लां कदे पूरी बल्ले बल्ले कदे उत्ते कदे थल्ले कदे तां संभाले साथों जांदे नोड़ना कदे कखो हौलियां कमाईयां रहिंदियां सदा नहीं हालात रहिंदे मारे बंदे ते सदा नहीं उह बंदे आ चढ़ाईयां रहिंदियां सदा नहीं हालात रहिंदे मारे बंदे ते सदा नहीं उह बंदे आ चढ़ाईयां रहिंदियां ए आ प्रीतम उधर संत बाबा गुरदीप सिंह जी मुख सेवादार गुरद्वारा शहीदगंज वाले